ਸਿਹਤ ਯੋਜਨਾ ਦਾ ਲਾਭ ਲੈਣ ਦੇ ਵਿੱਚ ਹਰਿਆਣਾ ਦੇ ਲੋਕ ਬਹੁਤ ਪਿੱਛੇ ਹਨ। ਚਿਰਾਯੂ ਯੋਜਨਾ ਦੇ 35,87,810 ਲਾਭਾਰਥੀਆਂ ਨੇ ਕਾਰਡ ਹੀ ਨਹੀਂ ਬਣਵਾਇਆ ਹੈ। ਦੱਸ ਦਈਏ ਕਿ ਚਿਰਾਯੂ ਕਾਰਡ ਦੇ ਸੂਬੇ ਵਿੱਚ ਕੁੱਲ 88,71,036 ਲਾਭਾਰਥੀ ਹਨ, ਯਾਨੀ ਆਲ ਓਵਰ ਸੂਬੇ ਵਿੱਚ 60% ਕਾਰਡ ਵੀ ਨਹੀਂ ਬਣਾਏ ਗਏ ਹਨ। ਹੁਣ ਸਿਹਤ ਵਿਭਾਗ ਆਸ਼ਾ ਵਰਕਰਾਂ ਜਾਗਰੂਕਤਾ ਕੈਂਪ ਅਤੇ IIT ਦੇ ਵਿਦਿਆਰਥੀਆਂ ਦੇ ਮਾਧਿਅਮ ਦੇ ਰਾਹੀਂ ਕਾਰਡ ਬਣਵਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਸ ਦੇ ਬਾਵਜੂਦ ਲੋਕ ਅੱਗੇ ਨਹੀਂ ਆ ਰਹੇ ਹਨ। ਸੂਬੇ ਦੇ 22 ਜ਼ਿਲ੍ਹਿਆਂ ਵਿੱਚੋਂ ਮਾਤਰ 5 ਜ਼ਿਲ੍ਹੇ ਵਿਭਾਗ ਦੁਆਰਾ ਜਾਰੀ ਲਿਸਟ ਦੇ ਮੁਤਾਬਿਕ ਗ੍ਰੀਨ ਜ਼ੋਨ ਵਿੱਚ ਹਨ। ਇਹਨਾਂ ਵਿੱਚੋਂ ਮਹਿੰਦਰਗੜ੍ਹ, ਭਿਵਾਨੀ, ਚਰਖੀ ਦਾਦਰੀ, ਹਿਸਾਰ, ਪਾਣੀਪਤ ਦਾ ਨਾਮ ਸ਼ਾਮਿਲ ਹੈ। ਇਹ ਉਹ ਜ਼ਿਲ੍ਹੇ ਹਨ ਜਿਨ੍ਹਾਂ ਨੂੰ 65% ਲਾਭਾਰਥੀਆਂ ਦੇ ਕਾਰਡ ਬਣਾ ਦਿੱਤੇ ਗਏ ਹਨ। ਦੂਜੇ ਪਾਸੇ 4 ਜ਼ਿਲ੍ਹੇ ਰੈੱਡ ਜ਼ੋਨ ਵਿੱਚ ਹਨ। ਇਹਨਾਂ ਵਿੱਚੋਂ ਪਲਵਲ, ਗੁੜਗਾਉਂ, ਫਰੀਦਾਬਾਦ, ਨੂੰ ਜ਼ਿਲ੍ਹਾ ਸ਼ਾਮਿਲ ਹੈ। ਇਹਨਾਂ ਵਿੱਚ 10,52,883 ਲਾਭਾਰਥੀਆਂ ਨੇ ਕੋਈ ਕਾਰਡ ਨਹੀਂ ਬਣਵਾਇਆ ਹੈ। ਦੂਜੇ ਪਾਸੇ 13 ਜ਼ਿਲ੍ਹੇ 40-60% ਕਾਰਡ ਬਣਵਾ ਕੇ ਯੈਲੋ ਜ਼ੋਨ ਵਿੱਚ ਬਣੇ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਗਰੀਬਾਂ ਦੇ ਲਈ ਆਯੁਸ਼ਮਾਨ ਯੋਜਨਾ ਲਾਂਚ ਕੀਤੀ ਸੀ। ਹਰਿਆਣਾ ਸਰਕਾਰ ਨਾਲ ਆਰਥਿਕ ਆਧਾਰ ਸਾਲਾਨਾ ਇਨਕਮ 1.80 ਲੱਖ ਤੋਂ ਘੱਟ ਵਾਲੇ ਲੋਕਾਂ ਦੇ ਲਈ 21 ਫਰਵਰੀ 2022 ਨੂੰ ਚਿਰਾਯੂ ਯੋਜਨਾ ਲਾਂਚ ਕੀਤੀ ਸੀ। ਯੋਜਨਾ ਦੇ ਲਾਭਾਰਥੀਆਂ ਨੂੰ ਆਯੁਸ਼ਮਾਨ ਯੋਜਨਾ ਤੋਂ ਮਰਜ ਕੀਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਸਾਲਾਨਾ 5 ਲੱਖ ਰੁਪਏ ਦਾ ਇਲਾਜ ਮਿਲ ਸਕੇ। CMO ਪਾਣੀਪਤ ਡਾਕਟਰ ਜਯੰਤ ਨੇ ਕਿਹਾ ਕਿ ਲਾਭਾਰਥੀ ਖੁਦ ਵੀ ਕਾਰਡ ਬਣਾ ਸਕਦੇ ਹਨ। ਉਹਨਾਂ ਦੇ ਮੋਬਾਈਲ ਤੇ OTP ਮਿਲਣ ਤੇ ਅੱਗੇ ਪ੍ਰਕਿਰਿਆ ਸ਼ੁਰੂ ਹੋਵੇਗੀ। ਖੈਰ, ਜਿਸ ਤਰੀਕੇ ਨਾਲ ਸਿਹਤ ਯੋਜਨਾ ਦਾ ਲਾਭ ਲੈਣ ਵਿੱਚ ਹਰਿਆਣਾ ਦੇ ਲੋਕ ਪਿੱਛੇ ਹਨ, ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਹਰਿਆਣਾ ਸਰਕਾਰ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਲਈ ਆਸ਼ਾ ਵਰਕਰਾਂ ਅਤੇ IIT ਦੇ ਵਿਦਿਆਰਥੀਆਂ ਦਾ ਵੀ ਸਹਿਯੋਗ ਲੈ ਰਹੀ ਹੈ, ਲੇਕਿਨ ਬਾਵਜੂਦ ਉਸਦੇ ਹਰਿਆਣਾ ਦੇ ਲੋਕ ਸਰਕਾਰੀ ਯੋਜਨਾ ਚਿਰਾਯੂ ਯੋਜਨਾ ਲੈਣ ਵਿੱਚ ਗੁਰੇਜ ਕਰ ਰਹੇ ਹਨ ਜਾਂ ਲਾਪਰਵਾਹੀ ਕਰ ਰਹੇ ਹਨ। ਇਸ ਨੂੰ ਸਾਡੇ ਦਰਸ਼ਕ ਕਿਵੇਂ ਦੇਖਦੇ ਹਨ? ਸਾਨੂੰ ਕਮੈਂਟ ਜ਼ਰੂਰ ਕਰੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।